ਹਮੇਸ਼ਾ ਇਹ ਗੱਲ ਕਰਦੇ ਹਾਂ ਕਿ ਫਲਾਨੇ ਬੰਦੇ ਨੂੰ ਭੂਤ ਚਿੰਬੜ ਗਿਆ, ਪ੍ਰੇਤ ਚਿੰਬੜ ਗਏ, ਉਹਦੇ 'ਚ ਫਲਾਨਾ ਹੋ ਗਿਆ ਹੋ ਗਿਆ, ਹੈ ਨਾ? ਇਹ ਇਹਨਾਂ ਗੱਲਾਂ 'ਚ ਕਿੰਨੀ ਇੱਕ ਸੱਚਾਈ ਹੈ ਜੀ? ਸੁਗੰਧਿਤ ਤੇਲ ਲਾ ਕੇ ਜਾਂ ਪਰਫਿਊਮ ਲਾ ਕੇ ਬਾਹਰ ਨਾ ਜਾਓ ਹਾੜ ਜੇਠ ਦਾ ਮਹੀਨਾ। ਇਹ ਜਿਹੜੀ ਕਾਲੀ ਵਿੱਦਿਆ ਇਹ ਕਿਵੇਂ ਸਿੱਖੀ ਜਾਂਦੀ, ਮਤਲਬ ਕਿਵੇਂ ਤੁਹਾਡੇ ਉਸਤਾਦਾਂ ਨੇ ਕਿਵੇਂ ਸਿਖਾਈ ਤੁਹਾਨੂੰ? ਭੂਤਾਂ ਪ੍ਰੇਤਾਂ ਦੀ ਅਤੇ ਚੰਡਾਲ ਦੀ ਪੂਜਾ ਹੋਣ ਕਰਨ। ਭੂਤਨੀ ਮੁੰਡੇ ਵੀ ਹੈ, ਬੰਦੇ ਵੀ ਹੈ। ਅੱਛਾ। ਅਤੇ ਭੂਤਨੀ ਕੁੜੀਆਂ ਵੀ ਹੈ। ਤੁਹਾਡੇ ਦਿਮਾਗ 'ਚ ਕਿਵੇਂ ਆਇਆ ਕਿ ਮੈਂ ਇਹ ਵਿੱਦਿਆ ਹੀ ਹਾਸਲ ਕਰਨੀ, ਕਾਲੀ ਇਲਮ ਹੀ ਹਾਸਲ? ਔਰ ਮਾਪਿਆਂ ਨੇ ਤੁਹਾਨੂੰ ਕਿਵੇਂ 7 ਸਾਲ ਦੀ ਉਮਰ 'ਚ ਕਿਵੇਂ ਮਾਪਿਆਂ ਤੁਹਾਨੂੰ ਕਿਵੇਂ ਭੇਜਤਾ ਜੀ? ਇਹ ਕਾਲੇ ਇਲਮ ਦੀ ਵਿੱਦਿਆ ਮੇਰੇ ਪਿਤਾ ਜੀ ਤੋਂ ਵੀ ਮੈਨੂੰ ਪ੍ਰਾਪਤ ਹੋਈ, ਉਹ ਵੀ ਚੋਲਾ ਛੱਡ ਗਏ। ਵੀ ਖੋਪੜੀਆਂ ਪਈਆਂ, ਅੱਗ ਬਲੀ ਜਾਂਦੀ ਹੈ, ਕਾਲੇ ਕੱਪੜੇ ਪਾਏ ਤਾਂਤਰਿਕ ਨੇ, ਇਹੋ ਜਿਹਾ ਹੀ ਹੁੰਦਾ ਜੀ ਇਹ ਸਿਸਟਮ? ਜਾਂ ਜਿਵੇਂ ਇਹ ਮਾਲਾ ਆਪਣੀ ਵੀ ਖੋਪੜੀ ਦੀ ਮਾਲਾ ਜੀ, ਔਰ ਉਹ ਮੱਚੀ ਜਾਂਦੀ ਅੱਗ ਦੇ ਵਿੱਚ, ਸਾਡੇ ਉਸਤਾਦ ਜੀ ਆਏ ਹੱਥ ਦਵਾ ਦਿੰਦੇ ਇਸ ਸਮਿਆਂ ਦੇ ਵਿੱਚ। ਸਲੇਡਾ ਭੇਸ ਜ਼ਰੂਰ ਬਦਲਦਾ, ਪਰ ਸਲੇਡਾ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ। ਇੱਕ ਤਰ੍ਹਾਂ ਦੀਆਂ ਆਤਮਾਵਾਂ ਹੁੰਦੀਆਂ ਜੀ ਇਹ? ਬਿਲਕੁਲ ਆਤਮਾ ਹੁੰਦੀਆਂ ਜੀ। ਪ੍ਰੇਤਾਂ ਨੂੰ ਪੀਣ ਨੂੰ ਪਾਣੀ ਮਿਲਦਾ ਹੈ, ਜਿਹੜਾ ਆਪਾਂ ਸੁਬਹਾ ਟੋਇਲਟ ਜਾ ਕੇ ਪਾਣੀ ਡੋਲਦੇ ਹਾਂ ਨਾ, ਉਹ ਇਹਨਾਂ ਨੂੰ ਪੀਣ ਨੂੰ ਮਿਲਦਾ। ਪੰਜਾਬ 'ਚ ਅਕਸਰ ਕਿੰਨੇ ਕੁ ਐਸੇ ਲੋਕ ਨੇ ਤੋਂ ਪੀੜਿਤ ਨੇ, ਜਿਹੜਾ ਵੇਖੋ ਬੈਂਸ ਸਾਹਿਬ, ਜਿਹੜੇ ਦੁਖੀ ਹੈ ਨਾ, ਉਹਨੇ ਜਾਣਾ ਹੈ ਜੀ।